good morning students today we will discuss set 6 of punjab previous year papers and you know very well in this series we will discuss general awareness 2500 plus mcq and uh, jehde able exams ne conduct karwaye hoye ne ppsc ne conduct karwaye hoye ne pspcl ne ptrplusb board ne ਫਾਥਾਪੁਰ ਯੂਨੀਵਰਸਿਟੀ ਨੇ FCI ਨੇ PS TET ਨੇ Pudda ਨੇ ਜੋ ਵੀ ਐਗਜ਼ਾਮ ਕੰਡਕਟ ਕਰਵਾਏ ਨੇ ਉਹ ਸਾਰੇ ਆ ਜਨਰਲ ਅਵੇਅਰਨੈਸ ਦੇ ਕੁਐਸਚਨ ਉਸ ਦੇ ਵਿੱਚ ਆਏ ਨੇ ਆਪਾਂ ਨੇ ਇਸ ਸੀਰੀਜ਼ ਦੇ ਵਿੱਚ ਐਡ ਕੀਤੇ ਨੇ ਤਾਂ ਤੁਹਾਨੂੰ ਪਤਾ ਹੀ ਹੈ ਆਪਾਂ ਜੋ ਵੀ ਐਗਜ਼ਾਮ ਦੇਣ ਜਾਣੇ ਆ ਉਸ ਦੇ ਵਿੱਚ 70 ਤੋਂ 80% ਜਿਹੜੇ MCQ ਹੁੰਦੇ ਨੇ ਉਹ ਰੈਪੀਟੀਸ਼ਨ ਤੇ ਹੁੰਦੇ ਨੇ ਹਮੇਸ਼ਾ ਤਾਂ ਦੈਟਸ ਵਾਈ ਬਿਲਕੁਲ ਤੁਹਾਡੀ ਰਿਵੀਜ਼ਨ ਬਹੁਤ ਅੱਛੀ ਹੋਊਗੀ ਇਹਨਾਂ ਕੁਐਸਚਨਸ ਦੀ ਹੈਲਪ ਦੇ ਨਾਲ ਤੁਸੀਂ ਬਸ ਚੈਨਲ ਦੇ ਨਾਲ ਜੁੜੇ ਰਹੋ ਤੇ ਆਪਣੀ ਸਟੱਡੀ ਹਰ ਇੱਕ ਪਾਰਟ ਨੂੰ ਬਹੁਤ ਧਿਆਨ ਦੇ ਨਾਲ ਦੇਖੋ ਤੇ ਨੋਟਸ ਬਣਾਓ ਵੀ ਤਾਂ ਜੋ ਤੁਸੀਂ ਆਉਣ ਵਾਲੇ ਇਗਜ਼ਾਮ ਦੇ ਵਿੱਚ ਬਹੁਤ ਅੱਛੇ ਪਰਫਾਰਮੈਂਸ ਕਰ ਸਕੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦਾ ਲਿੰਕ ਹੈ ਜਿਹੜਾ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਕਰ ਦਿਓ ਵੀ ਤਾਂ ਜੋ ਉਹ ਵੀ ਆਪਣੇ ਇਸ ਗਰੁੱਪ ਦੇ ਨਾਲ ਜੁੜ ਸਕਣ ਇਸ ਆਪਣੇ ਚੈਨਲ ਦੇ ਨਾਲ ਤੇ ਵੱਧ ਤੋਂ ਵੱਧ ਵੀਡੀਓਜ਼ ਉਹਨਾਂ ਲਵੇ ਵੀ ਪੌਂ ਸਕਣ ਓਕੇ ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਆਂ ਆਪਣਾ 6th ਸੈੱਟ ਹੈਗਾ ਜਰਨਲ ਅਵੇਅਰਨੈਸ ਦਾ 100 ਤੋਂ ਜ਼ਿਆਦਾ ਪੇਪਰਸ ਤੋਂ ਇਹ ਵਾਲੇ ਕਲੈਕਸ਼ਨ ਕੀਤੀ ਹੋਈ ਹੈਗੀ ਆ ਓਕੇ ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਆਂ ਸੈੱਟ 6 ਹਾਂਜੀ ਦੀਪ ਪਟਿਆਲਾ ਘਰਾਣਾ ਇਸ ਐਸੋਸੀਏਟਡ ਵਿਦ ਬਹੁਤ ਹੀ ਅੱਛਾ ਕੁਐਸਚਨ ਹੈ ਕਹਾਂ ਕਹਿੰਦਾ ਦੀਪ ਪਟਿਆਲਾ ਘਰਾਣਾ ਜਿਹੜਾ ਬੇਸਿਕਲੀ ਇਹ ਕਿਸ ਦੇ ਨਾਲ ਐਸੋਸੀਏਟ ਕਰਦਾ ਹੈਗਾ ਪਟਿਆਲਾ ਘਰਾਣਾ ਜੇ ਤੁਸੀਂ ਨੇ ਸਟੱਡੀ ਕੀਤਾ ਹੋਇਆ ਤਾਂ ਤੁਹਾਨੂੰ ਹੋਪ ਕਰਦਾ ਆਪਸ਼ਨ ਪਤਾ ਹੋਣਗੇ ਤਾਂ ਚਾਰ ਤੁਹਾਨੂੰ ਆਪਸ਼ਨਸ ਗਿਵਨ ਨੇ ਠੀਕ ਹੈ ਨਾ ਤਾਂ ਜਿਹੜਾ ਪਟਿਆਲਾ ਘਰਾਣਾ ਹੈ ਬਹੁਤ ਹੀ ਪੁਰਾਣਾ ਆਪਣਾ 뮤జిక్ ਦਾ ਮਿਊਜ਼ਿਕ ਨਾਲ ਐਸੋਸੀਏਟ ਕਰਦਾ ਵਨ ਆਫ ਦਾ ਮਿਊਜ਼ਿਕ ਨਾਲ ਐਸੋਸੀਏਟ ਕਰਦਾ ਪਟਿਆਲਾ ਘਰਾਣਾ ਤਾਂ অপਸ਼ਨ এ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਤਾਂ ਪਟਿਆਲਾ ਘਰਾਣਾ ਤੁਸੀਂ ਪੜ੍ਹ ਸਕਦੇ ਹੋ ਵੀ ਪਟਿਆਲਾ ਘਰਾਣਾ ਇਜ਼ ਵਨ ਆਫ ਦੀ ਘਰਾਨਾਜ਼ ਆਫ ਵੋਕਲ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਨੇਮਡ ਆਫਟਰ ਦੀ ਸਿਟੀ ਆਫ ਪਟਿਆਲਾ ਤਾਂ ਪਟਿਆਲੇ ਦੀ ਸਿਟੀ ਕਰਕੇ ਹੀ ਪਟਿਆਲਾ ਘਰਾਣਾ ਨਾਮ ਰੱਖਿਆ ਇਟ ਵਾਸ ਫਾਊਂਡਡ ਬਾਈ ਤਾਂ ਇਹਨੂੰ ਫਾਊਂਡ ਕਿਹਨੇ ਕੀਤਾ ਸੀ ਫਤਿਹ ਅਲੀ ਖਾਨ ਨੇ ਐਂਡ ਅਲੀ ਬਖਸ਼ ਨੇ ਤਾਂ ਅਗੇ ਵੀ ਕੁਐਸਚਨ ਆ ਸਕਦਾ ਵੀ ਪਟਿਆਲਾ ਘਰਾਣਾ ਕਿਹਨੇ ਫਾਊਂਡ ਕੀਤਾ ਸੀਗਾ ਫਤਿਹ ਅਲੀ ਖਾਨ ਨੇ ਐਂਡ ਅਲੀ ਬਖਸ਼ ਨਾਂ ਦੇ ਪਰਸਨ ਨੇ ਫਾਊਂਡ ਕੀਤਾ ਸੀ ਆਪਣਾ ਪਟਿਆਲਾ ਘਰਾਣਾ ਇੱਕ 뮤직 ਨਾਲ ਅਸੋਸੀਏਟ ਕਰਦਾ ਓਕੇ ਤਾਂ ਨੈਕਸਟ ਕੁਐਸਚਨ ਹੈਗਾ ਹਾਂਜੀ ਤੀਆਂ ਇਜ਼ ਆ ਫੈਸਟੀਵਲ ਆਫ ਤਾਂ ਤੁਹਾਨੂੰ ਸੁਣਿਆ ਹੋਊਗਾ ਆਪਾਂ ਦਾ ਪੰਜਾਬ ਦੇ ਵਿੱਚ ਹੈਗੇ ਆ ਤਾਂ ਬਹੁਤ ਹੀ ਫੇਮਸ ਆਪਾਂ ਤੀਆਂ ਦਾ ਫੈਸਟੀਵਲ ਸੈਲੀਬ੍ਰੇਟ ਕਰਦੇ ਹੈਗੇ ਆ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਸੈਲੀਬ੍ਰੇਟ ਹੁੰਦਾ ਹੈ ਮੋਸਟਲੀ ਜਦੋਂ ਮੀਂਹ ਆ ਪੈਂਦਾ ਹੁੰਦਾ ਹੈ ਤਾਂ ਉਹ ਮੀਂਹ ਜੇ ਪੈਣਾ ਨੂੰ ਰੇਨੀ ਸੀਜ਼ਨ ਕਹਿੰਨੇ ਹੈਗਾ ਤਾਂ ਸੀ ਆਪਸ਼ਨ ਰੇਨੀ ਸੀਜ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਤਾਂ ਤੀਆਂ ਜਿਹੜਾ ਫੈਸਟੀਵਲ ਹੈਗਾ ਰੇਨੀ ਸੀਜ਼ਨ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੋਏਗਾ ਓਕੇ ਤਾਂ ਬਹੁਤ ਹੀ ਅੱਛੀ ਅੱਛੀ ਕਲੈਕਸ਼ਨ ਹੈਗੀ ਹੈ ਤਾਂ ਪਲੀਜ਼ ਨੋਟਸ ਬਣਾਓ ਵੀ ਤਾਂ ਜੋ ਤੁਸੀਂ ਰਿਵੀਜ਼ਨ ਕਰ ਸਕੋ ਬਾਰ-ਬਾਰ ਤੇ ਵੀਡੀਓਜ਼ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਲਾਈਕ ਲਾਈਕ ਕਰਦਿਆ ਕਰੋ ਤੇ ਕਮੈਂਟ ਸੈਕਸ਼ਨ ਵਿੱਚ ਤੇ ਕਮੈਂਟ ਜਰੂਰ ਕਰਦਿਆ ਕਰੋ ਵੀ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਵੀ ਜਿਆਦਾ ਤੋਂ ਜਿਆਦਾ ਸਟੂਡੈਂਟਸ ਮੈਨੂੰ ਫੋਲੋ ਕਰ ਰਹੇ ਨੇ ਤੇ ਮੇਰੇ ਦੁਆਰਾ ਬਣਾਇਆ ਹੋਇਆ ਡਾਟਾ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਦੇ ਰਿਹਾ ਹੈ ਤਾਂ ਚਲੋ ਨੈਕਸਟ ਕੁਐਸਚਨ ਆਪਾਂ ਕਰਦੇ ਹਾਂ ਹਾਂਜੀ ਬਹੁਤ ਹੀ ਫੇਮਸ ਝੂਮਰ ਡਾਂਸ ਇਜ਼ ਪੋਪੂਲਰ ਇਨ ਦੀ ਰੀਜਨ ਆਫ ਤੁਹਾਨੂੰ ਪਤਾ ਹੋਊਗਾ ਝੂਮਰ ਜਿਹੜਾ ਡਾਂਸ ਹੈ ਬਹੁਤ ਹੀ ਫੇਮਸ ਤਾਂ ਇਹ ਆਪਣੇ ਕਿਸ ਰੀਜਨ ਦੇ ਵਿੱਚ ਬਹੁਤ ਜ਼ਿਆਦਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਆਪਸ਼ਨਸ ਤੁਹਾਨੂੰ ਗਿਵਨ ਨੇ ਮਾਲਵਾ ਦੁਆਬਾ ਸੈਂਡਲਬਾਰ ਤੇ ਮਾਝਾ ਤਾਂ ਹੋਪ ਕਰਦਾ ਤੁਹਾਨੂੰ ਸ਼ਾਇਦ ਇਹਦਾ ਆਨਸਰ ਪਤਾ ਹੋਵੇ ਤਾਂ ਜਿਹੜਾ ਝੂਮਰ ਜਿਹੜਾ ਡਾਂਸ ਹੈਗਾ ਉਹ ਸੈਂਡਲਬਾਰ ਏਰੀਏ ਦੇ ਵਿੱਚ ਆਪਾਂ ਸੈਲੀਬ੍ਰੇਟ ਕਰਦੇ ਆ ਤਾਂ ਝੂਮਰ ਡਾਂਸ ਆਪ ਦਾ ਸੈਂਡਲਬਾਰ ਏਰੀਏ ਦੇ ਵਿੱਚ ਹੁੰਦਾ ਹੈ ਇਹ ਹੈ ਕਿ ਇਹ ਬੇਸਿਕਲੀ ਆਪਾਂ ਰੀਡ ਕਰ ਲੈਣੇ ਹੈਗੇ ਆ ਤਾਂ ਕੀ ਕਹਿ ਰਿਹਾ ਆਪਾਂ ਨੂੰ ਝੂਮਰ ਆਲਸੋ ਕਾਲਡ ਐਜ਼ ਘੁੰਬਰ ਤਾਂ ਇਹਨੂੰ ਘੁੰਬਰ ਵੀ ਕਹਿੰਦੇ ਨੇ ਤਾਂ ਇਹ ਵੀ ਕੁਐਸਚਨ ਆ ਸਕਦਾ ਹੈ ਵੀ ਝੂਮਰ ਡਾਂਸ ਨੂੰ ਅਦਰ ਨੇਮ ਕੀ ਹੈ ਘੁੰਬਰ ਕਹਿੰਦੇ ਨੇ ਇਨ ਸੈਂਡਲਬਾਰ ਏਰੀਆ ਸੈਂਡਲਬਾਰ ਏਰੀਆ ਇਜ਼ ਔਰੀਜਿਨੇਟਿਡ ਇਨ ਮਲਤਾਨ ਐਂਡ ਬਲੂਚਿਸਤਾਨ ਐਂਡ ਆਲਸੋ ਥਰਿਵਡ ਇਨ ਸੈਂਡਲਬਾਰ ਏਰੀਆ ਸੈਂਡਲਬਾਰ ਏਰੀਆ ਕਿਹੜਾ ਫੈਸਲਾਬਾਦ ਜਾਂਗ ਨਨਕਾਣਾ ਸਾਹਿਬ ਫੈਸਲਾਬਾਦ, ਝੰਗ ਤੇ ਨਨਕਾਣਾ ਸਾਹਿਬ, ਇਹ ਬਲੇਰੀ ਨੂੰ ਆਪਾਂ ਕੀ ਬੋਲਦੇ ਆਂ ਆਪਣਾ ਸੈਂਡਲ ਬਾਰ ਏਰੀਆ ਬੋਲਦੇ ਆਂ ਇਸ ਦੇ ਵਿੱਚ ਆਪਾਂ ਜਿਹੜਾ ਇਹਨਾਂ ਨੇ ਡਾਂਸ ਕੀਤਾ ਝੂਮਾ ਡਾਂਸ ਪਰਫਾਰਮ ਕੀਤਾ ਜਾਂਦਾ ਓਕੇ ਨੈਕਸਟ ਹਾਂਜੀ ਬਹੁਤ ਹੀ ਫੇਮਸ ਪੂਰਨ ਭਗਤ ਬਿਲੋਂਗ ਟੂ ਦੀ ਰੀਜਨ ਆਫ ਕਦੇ ਸੁਨਿਆ ਹੋਊਗਾ ਪੂਰਨ ਭਗਤ ਦਾ ਕਿੱਸਾ ਇਹ ਆਪਣੇ ਜਿਹੜੇ ਕਿਸੇ ਨੇ ਬੜੇ ਫੇਮਸ ਅੱਸੀ ਪੁੰਨੂ ਦਾ ਕਿਸਾ ਕਿਸਾ ਹੁੰਦਾ ਇੱਕ ਆਪਣਾ ਹੀਰ ਰਾਂਝੇ ਦਾ ਕਿਸਾ ਹੁੰਦਾ ਹੈਗਾ ਠੀਕ ਹੈ ਨਾ ਤਾਂ ਇੱਕ ਪੂਰਨ ਭਗਤ ਦਾ ਕਿਸਾ ਹੈਗਾ ਇਹ ਤਾਂ ਪੂਰਨ ਭਗਤ ਜੀ ਕਿੱਥੋਂ ਬਿਲੋਂਗ ਕਰਦੇ ਸੀਗੇ ਤਾਂ ਸਿਆਲ ਕੋਟ ਤੋਂ ਬਿਲੋਂਗ ਕਰਦੇ ਸੀਗੇ ਅੱਜ ਕੱਲ ਇਹ ਵਾਲਾ ਏਰੀਆ ਪਾਕਿਸਤਾਨ ਦੇ ਵਿੱਚ ਹੈ ਤਸਿਆਲਕੋੜ ਤੋਂ ਬਿਲੋਂਗ ਕਰਦੇ ਸੀਗੇ ਪੂਰਨ ਭਗਤ ਜੀ ਓਕੇ ਤਾਂ ਬਹੁਤ ਅੱਛੀ ਕਲੈਕਸ਼ਨ ਹੈਗੇ ਆ ਹੋਪ ਕਰਦਾ ਤੁਹਾਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਊਗਾ ਤਾਂ ਬਸ ਲਾਈਕ ਤੇ ਕਮੈਂਟ ਜਰੂਰ ਕਰਦਿਆ ਕਰੋ ਵੀਡੀਓਜ਼ ਨੂੰ ਦੇਖ ਕੇ ਵੀ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲਾਂ ਮੈਨੂੰ ਵੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਠੀਕ ਹੈ ਨਾ ਵੀ ਹਾਂ ਵੀ ਜ਼ਿਆਦਾ ਤੋਂ ਜ਼ਿਆਦਾ ਬੱਚੇ ਨੌਲੇਜ ਲੈ ਰਹੇ ਨੇ ਮੇਰੀ ਵੀਡੀਓਜ਼ ਦੇ ਥਰੂ ਓਕੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜਰੂਰ ਕਰਦਿਆ ਕਰੋ WhatsApp ਗਰੁੱਪਸ ਦੇ ਵਿੱਚ ਕਿੰਨੇ ਅੱਛਾ ਅੱਛੇ ਕੁਐਸਚਨ ਨੇ ਸਾਰੇ ਤੁਹਾਡੇ ਲਈ ਮੈਂ ਲੈ ਕੇ ਆ ਰਿਹਾ ਤਾਂ ਪਲੀਜ਼ ਬਸ ਇਨਾ ਕੀ ਕਰਨਾ ਹੁੰਦਾ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਆਪਣੇ ਨੋਟਸ ਵੀ ਬਣਾਉਂਦੇ ਰਿਹਾ ਕਰੋ ਠੀਕ ਹੈ ਨੈਕਸਟ ਹਾਂਜੀ ਕਹਿੰਦਾ ਦੀ ਗੰਧਾਰਾ ਆਰਟ ਫਲੋਰਿਸ਼ਡ ਇਨ ਦੀ ਰੀਜਨ ਆਫ ਜਿਹੜਾ ਗੰਧਾਰਾ ਆਰਟ ਹੈ ਬੇਸਿਕਲੀ ਬੁੱਧਿਜ਼ਮ ਧਰਮ ਨਾਲ ਡੀਲ ਕਰਦਾ ਹੁੰਦਾ ਤਾਂ ਜਿਹੜਾ ਗੰਧਾਰਾ ਆਰਟ ਹੈਗਾ ਇਹ ਆਪਣਾ ਰਾਵਲਪਿੰਡੀ ਐਂਡ ਪੇਸ਼ਾਵਰ ਗੰਧਾਰਾ ਆਟ ਲਰਾਵਰ ਪਿੰਡੀ ਐਂਡ ਪਸ਼ਾਵਰ ਰੀਜਨ ਤੋਂ ਬਿਲੋਂਗ ਕਰਦਾ ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਨੈਕਸਟ ਹਾਂਜੀ ਕਿਕਲੀ ਡਾਂਸ ਇਜ਼ ਐਸੋਸੀਏਟਿਡ ਵਿਦ ਤਾਂ ਬਹੁਤ ਹੀ ਫੇਮਸ ਹੈ ਇਹ ਆਪਣੇ ਪੰਜਾਬ ਦਾ ਕਿਕਲੀ ਡਾਂਸ ਹੈਗਾ ਇਹਦਾ ਗਰਲਸ ਪਰਫਾਰਮ ਕਰਦੇ ਹੁੰਦੇ ਨੇ ਤਾਂ ਬੀ ਆਪਸ਼ਨ ਗਰਲਸ ਦੇ ਉੱਤੇ ਤੁਸੀਂ ਟਿਕ ਲਾਉਂਗੇ ਤਾਂ ਬਿਲਕੁਲ ਆਸਾਨ ਜਿਹਾ ਕੁਐਸਚਨ ਸੀਗਾ ਨੈਕਸਟ ਹਾਂਜੀ ਲੂਨਰ ਇਕਲਿਪਸ ਅਕਰਵਨ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਲੂਨਰ ਇਕਲਿਪਸ ਉਹਨੇ ਕਿਸ ਨੂੰ ਕਹਾਗਾ ਚੰਨ ਗ੍ਰਹਿਣ ਨੂੰ ਕਹਾ ਚੰਦਰਮਾ ਗ੍ਰਹਿਣ ਜਦੋਂ ਲੱਗਦਾ ਹੁੰਦਾ ਹੈ ਚੰਦਰਮਾ ਦਾ ਨਾਮ ਹੈ ਲੂਨਾ ਤਾਂ ਲੂਨਾ ਨਾਮ ਚੰਦਰਮਾ ਨੂੰ ਕਹਿੰਦੇ ਨੇ ਤਾਂ ਚੰਨ ਗ੍ਰਹਿਣ ਨੂੰ ਹੀ ਕੀ ਬੋਲਦੇ ਆਪਾਂ ਲੂਨਰ ਇਕਲਿਪਸ ਬੋਲਦੇ ਆ ਤਾਂ ਬੇਸਿਕਲੀ ਕੀ ਹੁੰਦਾ ਕੀ ਹੈ ਆਹ ਹੈਗਾ ਆਪਣਾ ਸਨ ਠੀਕ ਹੈ ਨਾ ਇਹ ਹੈਗੀ ਆਪਣੀ ਅਰਥ ਤੇ ਇਹ ਹੈਗਾ ਆਪਣਾ ਮੂਨ ਠੀਕ ਹੈ ਨਾ ਤੁਹਾਨੂੰ ਪਤਾ ਮੂਨ ਹੈ ਜਿਹੜਾ ਆਪਣੇ ਧਰਤੀ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਹੈਗਾ ਠੀਕ ਹੈ ਤਾਂ ਜਦੋਂ ਜਿਹੜੀ ਅਰਥ ਹੈਗੀ ਐ ਆ ਇਹਦਾ ਦਾ ਸਨਲਾਈਟ ਤਾਂ ਅਰਥ ਉੱਤੇ ਪੈ ਰਹੀ ਹੈ ਫਿਰ ਅਰਥ ਦਾ ਪਰਛਾਵਾਂ ਮੂਨ ਦੇ ਉੱਤੇ ਪੈ ਜਾਂਦਾ ਹੈ ਅਰਥ ਦਾ ਪਰਛਾਵਾਂ ਮੂਨ ਦੇ ਉੱਤੇ ਪੈ ਗਿਆ ਤਾਂ ਜਿਹੜੇ ਆਪਾਂ ਧਰਤੀ ਤੇ ਰਹਿੰਦੇ ਆ ਤਾਂ ਆਪਾਂ ਨੂੰ ਫਿਰ ਗ੍ਰਹਿਣ ਲੱਗਿਆ ਹੋਇਆ ਨਜ਼ਰ ਆ ਜਾਂਦਾ ਹੁੰਦਾ ਤਾਂ ਮਤਲਬ ਜਦੋਂ ਧਰਤੀ ਆਪਣਾ ਸਨ ਤੇ ਕਿਹਦੇ ਵਿਚਕਾਰ ਆਉਗੀ ਅਰਥ ਦੇ ਵਿਚ ਆਸਨ ਤੇ ਮੂਨ ਦੇ ਵਿਚਕਾਰ ਆਉਗੀ ਠੀਕ ਹੈ ਤਾਂ ਉਦੋਂ ਕੀ ਲੱਗਦਾ ਹੁੰਦਾ ਚੰਨ ਗ੍ਰਹਿਣ ਲੱਗਦਾ ਹੁੰਦਾ ਜਦੋਂ ਧਰਤੀ ਕਿਹਦੇ ਵਿਚਕਾਰ ਆਂਦੀ ਹੈ ਆਪਣੀ ਸਨ ਤੇ ਮੂਨ ਦੇ ਵਿਚਕਾਰ ਵੈਨ ਅਰਥ ਇਜ਼ ਬਟਵੀਨ ਸਨ ਐਂਡ ਮੂਨ ਉਦੋਂ ਕੀ ਲੱਗਦਾ ਹੁੰਦਾ ਹੈ ਲੂਨਰ ਐਕਲਿਪਸ ਲੱਗਦਾ ਹੁੰਦਾ ਹੈ ਓਕੇ ਤੇ ਆਪਣਾ ਸੋਲਰ ਐਕਲਿਪਸ ਮਤਲਬ ਸੂਰਜ ਗ੍ਰਹਿਣ ਕਦੋਂ ਲੱਗਦਾ ਹੁੰਦਾ ਜਦੋਂ ਸਨ ਤੇ ਅਰਥ ਦੇ ਵਿਚਕਾਰ ਕੀ ਆਜੂਗਾ ਮੂਨ ਆਜੂਗਾ ਦੇਖੋ ਸਿੰਪਲ ਇੱਕ ਟਾਈਮ ਯਾਦ ਕਰੋ ਜਿਹੜਾ ਲੂਨਰ ਐਕਲਿਪਸ ਹੈਗਾ ਉਹ ਕਿਦੇ ਜੋ ਸਨ ਤੇ ਮੂਨ ਵਿਚਕਾਰ ਕੀ ਲੱਗਦਾ ਹੁੰਦਾ ਹੈ ਅਰਥਾਂ ਦੀ ਹੁੰਦੀ ਹੈ ਉਦੋਂ ਚੰਨ ਗ੍ਰਹਿਣ ਲੱਗਦਾ ਹੈ ਤਾਂ ਸੂਰਜ ਗ੍ਰਹਿਣ ਜਦੋਂ ਸੂਰਜ ਤੇ ਧਰਤੀ ਦੇ ਵਿਚਕਾਰ ਕੇ ਆ ਜੂਗਾ ਮੂਨ ਆ ਜੂਗਾ ਤਾਂ ਮੂਨ ਇਜ਼ ਬਟਵੀਨ ਅ ਸਨ ਐਂਡ ਅਰਥ ਉਦੋਂ ਕੀ ਲੱਗਦਾ ਹੁੰਦਾ ਸੋਲਰ ਇਕਲਿਪਸ ਲੱਗਦਾ ਹੁੰਦਾ ਤਾਂ ਜਿਹਨੂੰ ਤੁਸੀਂ ਸਨ ਆਪਣਾ ਸੂਰਜ ਗ੍ਰਹਿਣ ਤੁਸੀਂ ਕਹਿੰਨੇ ਹੁੰਨੇ ਹੋ ਓਕੇ ਨੈਕਸਟ ਹਾਂਜੀ ਦੀ ਲਹਿੰਦੀ ਡਾਇਲੈਕਟ ਆਫ ਪੰਜਾਬੀ ਇਜ਼ ਸਿਚੁਏਟਿਡ ਇਨ ਦੀ ਰੀਜਨ ਜਿਹੜਾ ਲਹਿੰਦੀ ਡਾਇਲੈਕਟ ਹੈਗਾ ਲਹਿੰਦੀ ਇੱਕ ਨਾ ਜਿਹੜੀ ਆਪਾਂ ਲੈਂਗੁਏਜ ਬੋਲਦੇ ਜਿਵੇਂ ਮਾਝੀ ਬੋਲਦੇ ਆ ਪੌਦੀ ਬੋਲਦੇ ਆ ਮਲਵਈ ਲੈਂਗੁਏਜ ਹੈਗੀ ਆ ਤਾਂ ਉਹ ਮੇਹੀ ਇੱਕ ਲਹਿੰਦੀ ਡਾਇਲੈਕਟ ਹੈਗੀ ਆ ਤਾਂ ਇਹ ਬੋਲੀ ਜਾਂਦੇ ਆ ਜਿਵੇਂ ਲੈਂਦਾ ਪੰਜਾਬ ਤੁਸੀਂ ਸੁਨਿਆ ਹੋਊਗਾ ਹਨਾ ਤਾਂ ਲੈਂਦੀ ਡਾਇਲੈਕਟ ਜਿਹੜੀ ਹੈਗੀ ਆਪਣੀ ਮੁਲਤਾਨ ਤੇ ਚੰਗੇਰੀਏ ਦੇ ਵਿੱਚ ਬੋਲੀ ਜਾਂਦੀ ਹੈ ਤਾਂ ਏ ਆਪਸ਼ਨ ਮੁਲਤਾਨ ਐਂਡ ਚੰਗ ਦੇ ਉੱਤੇ ਤੁਸੀਂ ਟਿਕ ਲਾਉਂਗੇ ਤਾਂ ਏ ਦੇ ਉੱਤੇ ਟਿਕ ਲੱਗ ਜਾਏਗਾ ਤਾਂ ਬਹੁਤ ਹੀ ਅੱਛੀ ਕਲੈਕਸ਼ਨ ਆ ਗਿਆ ਸਾਰੇ ਕੁਐਸਚਨਸ ਦੀ ਪਲੀਜ਼ ਲਾਈਕ ਜ਼ਰੂਰ ਕਰਦਾ ਕਰੋ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰਿਆ ਕਰੋ ਬੇਟਾ ਵੀ ਤਾਂ ਜੋ ਜਦੋਂ ਵੀ ਕੋਈ ਸਟੂਡੈਂਟ ਦੇਖਦਾ ਉਹਨੂੰ ਵੀ ਪਤਾ ਚੱਲੇ ਬਹੁਤ ਅੱਛਾ ਡਾਟਾ ਮਿਲ ਰਿਹਾ ਇਸ ਵੀਡੀਓ ਦੇ ਵਿੱਚ ਕਿਉਂਕਿ ਸਟੂਡੈਂਟ ਨੇ ਲਾਈਕ ਬਹੁਤ ਜ਼ਿਆਦਾ ਕਿੱਤਾ ਹੋਇਆ ਹੈਗਾ ਓਕੇ ਨੈਕਸਟ ਦੀ ਮਹਾਭਾਰਤ ਈਪਿਕ ਇਨਕਲੂਡਸ ਦੀ ਇੰਡਸ ਰੀਵਰ ਐਸ ਤਾਂ ਜਿਹੜਾ ਮਹਾਭਾਰਤ ਈਪਿਕ ਹੈਗਾ ਬਹੁਤ ਹੀ ਫੇਮਸ ਤਾਂ ਉਸ ਦੇ ਵਿੱਚ ਇੰਡਸ ਰੀਵਰ ਜਿਹਨੂੰ ਤੁਸੀਂ ਸਿੰਧੂ ਰੀਵਰ ਕਹਿੰਦੇ ਹੋ ਉਹਦੇ ਉਹਦੇ ਬਾਰੇ ਗੱਲਬਾਤ ਕੀਤੀ ਹੋਈ ਹੈ ਤਾਂ ਕਹਿੰਦਾ ਇਹ ਕਿੰਨੀਵੀਂ ਰੀਵਰ ਦੀ ਗੱਲਬਾਤ ਕੀਤੀ ਹੋਈ ਹੈ ਤਾਂ ਤੁਹਾਨੂੰ ਪਹਿਲਾਂ ਦੱਸਦਾ ਵੀ ਮਹਾਭਾਰਤ ਦੇ ਵਿੱਚ ਆਪਾਂ ਨੇ 6 ਰੀਵਰਸ ਬਾਰੇ ਗੱਲਬਾਤ ਕੀਤੀ ਹੋਈ ਹੈ 6 ਰੀਵਰਸ ਬਾਰੇ ਤੇ ਉਹਨਾਂ ਦੇ ਵਿੱਚ ਜਿਹੜੀ 6ਵੀਂ ਰਿਵਰ ਹੈਗਾ 6ਵੇਂ ਨੰਬਰ ਤੇ ਹੀ ਰਿਵਰ ਹੈ ਉਹ ਇੰਡਸ ਰਿਵਰ ਮਤਲਬ ਸਿੰਧੂ ਰਿਵਰ ਬਾਰੇ ਡਿਸਕਸ ਕੀਤਾ ਗਿਆ ਤਾਂ ਡੀ ਆਪਸ਼ਨ 6ਥ ਰਿਵਰ ਦੇ ਉੱਤੇ ਤੁਸੀਂ ਟਿਕ ਲਾਉਂਗੇ ਜੇਕਰ ਤੁਸੀਂ ਮੈਨੂੰ ਧਿਆਨ ਦੇ ਨਾਲ ਸੁਣ ਰਹੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਦੱਸੋ ਵੀ ਮਹਾਭਾਰਤ ਜਿਹੜਾ ਬੜਾ ਫੇਮਸ ਈਪਿਕ ਹੈ ਉਹ ਕਿਸ ਨੇ ਲਿਖਿਆ ਸੀਗਾ ਤੇ ਰਮਾਇਣ ਕਿਸ ਨੇ ਲਿਖਿਆ ਤੇ ਮਹਾਭਾਰਤ ਕਿਸ ਨੇ ਲਿਖਿਆ ਇਹ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਠੀਕ ਹੈ ਤਾਂ ਜੇ ਪੰਜ ਰਿਵਰਸ ਦੀ ਗੱਲ ਕਰੇ ਛੇ ਰਿਵਰਸ ਦਿਓ ਰਿਵਰਸ ਹੈਗੇ ਸੀ ਮਹਾ ਭਾਰਤ ਦੇ ਵਿੱਚ ਤਾਂ ਮਹਾ ਭਾਰਤ ਦੇ ਵਿੱਚ ਜਿਹੜਾ 6 ਰਿਵਰਸ ਬਾਰੇ ਇੱਕ ਤਾਂ ਸਤਦਰੀ ਬਾਰੇ ਗੱਲਬਾਤ ਸਤਦਰੀ ਜਿਹੜੇ ਆਪਾਂ ਸਤਲੁਜ ਸਤਦਰੀ ਕਹਿੰਦੇ ਆ ਵਿਪਾਸਾ ਬਾਰੇ ਇਰਾਵਤੀ ਚੰਦਰਬੱਗਾ ਵਿਤਾਸਤਾ ਤੇ 6ਵੇਂ ਨੰਬਰ ਤੇ ਸਿੰਧੂ ਰਿਵਰ ਬਾਰੇ ਗੱਲਬਾਤ ਕੀਤੀ ਹੋਈ ਹੈ ਓਕੇ ਨੈਕਸਟ ਦੇ ਹੜੱਪਨ ਵੈਪਨਸ ਵਰ ਨੋਟ ਮੇਡ ਆਫ ਤਜਰੇ ਹੜੱਪਨ ਸਭਿਅਤਾ ਹਿਸਟਰੀ ਦਾ ਕੁਐਸਚਨ ਆ ਗਿਆ ਹੜੱਪਨ ਸਭਿਅਤਾ ਜਿਹੜੀ ਹੈਗੀ ਆਪਣੀ ਉਹਦੇ ਵਿੱਚ ਕਹਿੰਦਾ ਕਿਹੜੇ ਕਿਹੜੇ ਵੈਪਨ ਜਿਹੜੇ ਟੂਲ ਵਗੈਰਾ ਹੁੰਦੇ ਨੇ ਕਿਹੜੀ ਮੈਟਲ ਤੋਂ ਨਹੀਂ ਬਣਾਏ ਗਏ ਸੀਗੇ ਜੇ ਤੁਹਾਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਤੁਸੀਂ ਪੜ੍ਹੀ ਹੋਈ ਹੈ ਹਿਸਟਰੀ ਦੇ ਵਿੱਚ ਤਾਂ ਤੁਹਾਨੂੰ ਇਹ ਪਤਾ ਹੋਊਗਾ ਵੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਇੱਕ ਮੈਟਲ ਨਹੀਂ ਮਿਲੀ ਸੀ ਉਹ ਕਿਹੜੀ ਮੈਟਲ ਸੀਗੀ ਆਇਰਨ ਤਾਂ ਲੋਹਾ ਇੰਡਸ ਵੈਲੀ ਸਿਵਲਾਈਜੇਸ਼ਨ ਵਿੱਚ ਲੋਹੇ ਦਾ ਕੋਈ ਐਵੀਡੈਂਸ ਹਾਲੇ ਤੱਕ ਨਹੀਂ ਮਿਲਿਆ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਆਇਰਨ ਤੋਂ ਬਣੇ ਹੋਏ ਵੈਪਨ ਆਪਾਂ ਨੂੰ ਹੜੱਪਨ ਵੈਪਨਸ ਨਹੀਂ ਮਿਲੇ ਆਇਰਨ ਤੋਂ ਬਣੇ ਹੋਏ ਤਾਂ ਡੀ ਆਪਸ਼ਨ ਆਇਰਨ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਤਾਂ ਹੋਪ ਕਰਦਾ ਜਿਹੜੀ ਮੈਂ ਐਕਸਪਲੇਨੇਸ਼ਨ ਤੁਹਾਨੂੰ ਦੇ ਰਿਹਾ ਉਹ ਤੁਹਾਨੂੰ ਬਹੁਤ ਹੀ ਅੱਛੀ ਲੱਗ ਰਹੀ ਹੋਊਗੀ ਮੈਂ ਤੁਹਾਨੂੰ ਬਿਲਕੁਲ ਐਕਸਲੈਂਟ ਵੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਹਰ ਇੱਕ ਕੁਐਸਚਨ ਤੁਹਾਨੂੰ ਸਮਝ ਆ ਜਾਵੇ ਵੀ ਤਾਂ ਜੋ ਤੁਹਾਡੀ ਅੰਡਰਸਟੈਂਡਿੰਗ ਇਸ ਲੈਵਲ ਦੀ ਹੋ ਜੇਵੇ ਤੁਹਾਡਾ ਰੈਂਕ ਆ ਜਾਵੇ ਠੀਕ ਹੈ ਨਾ ਮੈਂ ਹਮੇਸ਼ਾ ਇੰਨੀ ਗੱਲ ਕਹਿਣਾ ਹੁੰਦਾ ਡিয়ার ਜੇ ਪੜ੍ਹਨਾ ਹੀ ਹੈ ਇੱਕ ਵਾਰੀ ਪੜੋ ਨਾ ਬਸ ਇੱਕ ਜ਼ਿੰਦਗੀ ਆਪਾਂ ਨੂੰ ਮਿਲੀ ਹੈ ਤੇ ਬਸ ਇੱਕ ਵਾਰੀ ਪੜ੍ਹ ਕੇ ਅੱਛੀ ਤਰੀਕੇ ਦਾ ਨਾ ਇੱਕ ਅੱਛੀ ਜੌਬ ਲੈ ਲਓ ਬਸ ਡিয়ার ਸਾਰੀ ਜ਼ਿੰਦਗੀ ਦੀ ਤੁਹਾਨੂੰ ਐਸ਼ ਹੋ ਜੂਗੀ ਜੇ ਆਪਾਂ 1-2 ਸਾਲ ਇੱਕ ਅੱਛੇ ਤਰੀਕੇ ਦੇ ਨਾਲ ਪੜਦੇ ਰਹੀਏ ਠੀਕ ਹੈ ਨਾ ਤਾਂ ਦੈਟਸ ਵੈ ਕਹਿਣਾ ਬਸ ਹਾਰਡ ਵਰਕ ਬਹੁਤ ਜ਼ਿਆਦਾ ਕਰੋ बार-बार ਹਾਰਡ ਵਰਕ ਕਰਨ ਦੇ ਨਾਲੋਂ ਇੱਕ ਵਾਰੀ ਹਾਰਡ ਵਰਕ ਕਰੋ ਬਸ ਵੀ ਤਾਂ ਜੋ ਆਪਣੇ ਆਨ ਵਾਲੀ ਜ਼ਿੰਦਗੀ ਬਹੁਤ ਅੱਛੀ ਬਣ ਜਵੇ ਬਸ ਇੱਕ ਵਾਰੀ ਹਾਰਡ ਵਰਕ ਕਰਿਆ ਹੋਇਆ ਉਹੀ ਤੁਹਾਨੂੰ ਕੀ ਦੇ ਦੂਗਾ ਬਹੁਤ ਜ਼ਿਆਦਾ ਬੈਨੀਫਿਟ ਦੇਊਗਾ ਜ਼ਿੰਦਗੀ ਦੇ ਵਿੱਚ ਓਕੇ ਤਾਂ ਚਲੋ ਨੈਕਸਟ ਕੁਐਸਚਨ ਆਪਾਂ ਸਟਾਰਟ ਕਰਦੇ ਆਂ ਹਾਂਜੀ ਇਨ ਰਿਗਵੇਦ ਦੀ ਸਤਲੁਜ ਰਿਵਰ ਇਜ਼ ਨੋਨ ਐਸ ਦਾ ਬਹੁਤ ਹੀ ਫੇਮਸ ਜਿਹੜਾ ਰਿਗਵੇਦ ਹੈਗਾ ਸਭ ਤੋਂ ਆਪਾਂ ਕਹਿ ਦਿੰਨੇ ਆ 올ਡੇਸਟ ਵੇਦ ਆਪਾਂ ਕਹਿ ਦਿੰਨੇ ਆ ਰਿਗਵੇਦ ਹੈਗਾ ਤਾਂ ਉਸਦੇ ਸਤਲੁਜ ਰਿਵਰ ਦਾ ਨਾਮ ਕੀ ਰੱਖਿਆ ਗਿਆ ਸੀ ਸਤੁਦਰੀ ਤਾਂ ਸਤੁਦਰੀ ਨਾਮ ਰੱਖਿਆ ਗਿਆ ਸੀ ਸਤਲੁਜ ਰਿਵਰ ਦਾ ਤਾਂ ਏ অপਸ਼ਨ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਠੀਕ ਹੈ ਤਾਂ ਸਤਲੁਜ ਦਾ ਨਾਮ ਸਤੁਦਰੀ ਸੀਗਾ ਜੇ ਤੁਹਾਨੂੰ ਪਤਾ ਹੋਵੇ ਰਿਗਵੇਦ ਦੇ ਵਿੱਚ ਤਾਂ ਮੈਨੂੰ ਸਾਰੇ ਰਿਵਰਸ ਵਿਪਾਸਾ ਕਿਸ ਰਿਵਰ ਨੂੰ ਕਿਹਾ ਗਿਆ ਪਰੁਸ਼ਨੀ ਕਿਸ ਰਿਵਰ ਨੂੰ ਕਿਹਾ ਗਿਆ ਅਸ਼ਕਨੀ ਕਿਸ ਰਿਵਰ ਦਾ ਨਾਮ ਸੀਗਾ ਤਾਂ ਇਹ ਸਾਰੇ ਰਿਵਰਸ ਨੂੰ ਤੁਸੀਂ ਦੱਸੋ ਕਮੈਂਟ ਸੈਕਸ਼ਨ ਦੇ ਵਿੱਚ ਵੀ ਰਿਗਵੇਦਿਕ ਦੇ ਵਿੱਚ ਇਹ ਕਿਹਾ ਗਿਆ ਤਾਂ ਇਹਨਾਂ ਦਾ ਅਸਲੀ ਨਾਮ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ ਬੀਬੀ ਪਾਸ਼ਾ ਦਾ ਨਾਮ ਕੀ ਹੈਗਾ ਪਰੁਸ਼ਨੀ ਦਾ ਨਾਮ ਕੀ ਹੈ ਤੇ ਅਸ਼ਕਨੀ ਦਾ ਨਾਮ ਕੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਮੈਨੂੰ ਠੀਕ ਹੈ ਨੈਕਸਟ ਹਾਂਜੀ the greek king menander established his capital at ਤਾ ਤੁਹਾਨੂੰ ਬੁੱਧੀਜ਼ਮ ਧਰਮ ਦੇ ਵਿੱਚ ਜਦੋਂ ਤੁਸੀਂ ਬੁੱਧੀਜ਼ਮ ਧਰਮ ਆਪਣਾ ਹਰੱਪਾ ਸਭਿਤਾ ਦੇ ਬਾਅਦ ਕੀਤਾ ਹੋਗਾ ਬੁੱਧੀਜ਼ਮ ਬਾਰੇ ਤਾਂ ਉਸ ਦੇ ਵਿੱਚ ਇੱਕ ਕਿੰਗ ਦੇ ਬਾਰੇ ਗੱਲਬਾਤ ਹੁੰਦਾ ਮਿਨੰਦਰ ਜਿਹਨੇ ਬਹੁਤ ਹੀ ਫੇਮਸ ਇੱਕ ਬੁੱਕ ਲਿਖੀ ਸੀ ਮਿਲੰਡ ਪਨਹੋ ਤਾਂ ਮਿਲੰਡ ਪਨਹੋ ਨਾਂ ਦੀ ਬੁੱਕ ਹੈ ਮਿਨੰਦਰ ਨਾਂ ਦੇ ਕਿੰਗ ਨੇ ਲਿਖੀ ਹੋਈ ਹੈ ਠੀਕ ਹੈ ਨਾ ਤਾਂ ਮਿਲੰਡਪਨਹੋ ਬੁੱਧਿਸਮਤਰਮ ਨਾਲ ਡੀਲ ਕਰਦੇ ਆ ਬੁੱਕੇ ਇਹ ਤਾਂ ਇਹਨਾਂ ਨੇ ਆਪਣਾ ਜਿਹੜਾ ਮਤਲਬ ਇੱਕ ਆਪਣਾ ਕੈਪੀਟਲ ਐਸਟੈਬਲਿਸ਼ ਕੀਤੀ ਸੀਗੀ ਮਨੰਦਰ ਨੇ ਤਾਂ ਗ੍ਰੀਕ ਕਿੰਗ ਨੇ ਤਾਂ ਇਹਨਾਂ ਨੇ ਸਿਆਲਕੋਟ ਦੇ ਵਿੱਚ ਇਹਨਾਂ ਨੇ ਆਪਣੀ ਕੈਪੀਟਲ ਐਸਟੈਬਲਿਸ਼ ਕੀਤੀ ਸੀਗੀ ਤਾਂ ਸੀ ਆਪਸ਼ਨ ਸਿਆਲਕੋਟ ਦੇ ਉੱਤੇ ਤੁਸੀਂ ਟਿਕ ਲਾਉਂਗੇ ਸਿਆਲਕੋਟ ਦਾ ਅਦਰ ਨੇਮ ਸਾਗਲਾ ਵੀ ਤੁਸੀਂ ਕਹਿ ਸਕਦੇ ਹੋ ਤਾਂ ਸਿਆਲਕੋਟ ਨੂੰ ਕੀ ਬੋਲ ਸਕਦੇ ਹੋ ਸਾਗਲਾ ਵੀ ਕਹਿ ਸਕਦੇ ਹੋ ਤਾਂ ਸਿਆਲਕੋਟ ਸਾਗਲਾ ਬਿਲਕੁਲ ਸੇਮ ਨੇਮ ਹੈਗੇ ਨੇ ओके नेक्स्ट हां जी द हिंदुस्तानी किंग जयपाल ਫਾਊਟ ਅਗੇਂਸਟ ਤਾਂ ਬਹੁਤ ਹੀ ਫੇਮਸ ਜਿਹੜਾ ਜੈਪਾਲ ਨਾਂ ਦਾ ਕਿੰਗ ਸੀਗਾ ਇਹ ਇੱਕ ਆਪਣੇ ਮੁਸਲਮ ਇਨਵੇਡਰ ਦੇ ਨਾਲ ਲੜਿਆ ਸੀਗਾ ਉਸ ਦਾ ਨਾਮ ਆਪਣਾ ਮਹਿਮੂਦ ਗਜਨੀ ਸੀਗਾ ਤਾਂ ਮਹਿਮੂਦ ਗਜਨੀ ਸੀਗਾ ਸਮਥਿੰਗ 1001 ਏਡੀ ਦੇ ਵਿੱਚ ਮਹਿਮੂਦ ਗਜਨੀ ਨੇ ਸਭ ਤੋਂ ਪਹਿਲੀ ਵਾਰ ਇੰਡੀਆ ਉੱਤੇ ਜਦੋਂ ਹਮਲਾ ਕੀਤਾ ਸੀਗਾ ਇਹ ਵੀ ਕੁਐਸਚਨ ਆਉਂਦਾ ਹੁੰਦਾ ਉਦੋਂ ਕਿਹਦੇ ਨਾਲ ਲੜਾਈ ਕੀਤੀ ਸੀ ਜੈ ਚੰਦ ਦੇ ਜੈਪਾਲ ਦੇ ਨਾਲ ਲੜਾਈ ਕੀਤੀ ਸੀ ਮਹਿਮੂਦ ਗਜਨੀ ਨੇ ਓਕੇ ਤਾਂ ਮਹਿਮੂਦ ਗਜਨੀ ਨੇ ਲੜਾਈ ਕੀਤੀ ਸੀ ਜੈਪਾਲ ਦੇ ਨਾਲ ਸਭ ਤੋਂ ਪਹਿਲਾਂ ਤਾਂ ਆਪਸ਼ਨ ਮਹਿਮੂਦ ਗਜਨੀ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਨੈਕਸਟ ਬਹੁਤ ਹੀ ਅੱਛਾ ਪਾਲਟੀ ਦਾ ਕੁਐਸਚਨ ði ਐਕਸ ਆਫੀਸ਼ੀਅਲ ਚੇਅਰਮੈਨ ਆਫ ਸਿਵਲ ਸਰਵਿਸਿਜ਼ ਬੋਰਡ ਇਨ ਇੰਡੀਆ ਤਾਂ ਸਿਵਲ ਸਰਵਿਸਿਜ਼ ਬੋਰਡ ਦਾ ਐਕਸ ਆਫੀਸ਼ੀਅਲ ਚੇਅਰਮੈਨ ਕਿਹੜਾ ਹੈਗਾ ਤਾ ਬਹੁਤ ਹੀ ਫੇਮਸ ਜਿਵੇਂ ਤੁਸੀਂ ਕਹਿ ਦਿੰਨੇ ਹੋ ਨੇ ਵੀ ਰਾਜ ਸਭਾ ਦਾ ਐਕਸ ოਫੀਸ਼ਲ ਚੇਅਰਮੈਨ ਵਾਈਸ ਪ੍ਰੈਜ਼ੀਡੈਂਟ ਹੁੰਦਾ ਥੋਨੇ ਸੁਣਿਆ ਹੋਵੇਗੀ ਇਹ ਵਾਲੀ ਲਾਈਨ ਵੀ ਆਪਣਾ ਵਾਈਸ ਪ੍ਰੈਜ਼ੀਡੈਂਟ ਐਕਸ ოਫੀਸ਼ਲ ਚੇਅਰਮੈਨ ਆ ਰਾਜ ਸਭਾ ਦਾ ਮੈਂ ਹੁਣ ਗੱਲ ਕਰ ਰਿਹਾ ਸਿਵਲ ਸਰਵਿਸਿਜ਼ ਬੋਰਡ ਦਾ ਐਕਸ ოਫੀਸ਼ਲ ਚੇਅਰਮੈਨ ਕਿਹੜਾ ਥੈਟ ਇਜ਼ ਦਾ ਕੈਬਨਟ ਸੈਕਟਰੀ ਹੁੰਦਾ ਤਾਂ ਕੈਬਨਟ ਸੈਕਟਰੀ ਐਕਸ ოਫੀਸ਼ਲ ਚੇਅਰਮੈਨ ਹੈਗਾ ਸਿਵਲ ਸਰਵਿਸਿਜ਼ ਬੋਰਡ ਦਾ ਤਾਂ ਏ অপਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਨੈਕਸਟ ਹਾਂਜੀ नोबेल प्राइज फॉर इकोनॉमिक्स वाज इंस्टीट्यूटेड इन द ईयर ऑफ ਤਾਂ ਬਹੁਤ ਹੀ ਫੇਮਸ ਜਿਹੜਾ ਨੋਬਲ ਪ੍ਰਾਈਜ਼ ਇਕਨੋਮਿਕਸ ਦਾ ਸੀਗਾ ਉਹ ਆਪਣਾ ਸਟਾਰਟ ਕੀਤਾ ਗਿਆ ਸੀਗਾ 1967 ਦੇ ਵਿੱਚ ਬੇਸਿਕਲੀ ਤੁਹਾਨੂੰ ਸੁਣਿਆ ਹੋਗਾ ਵੀ ਨੋਬਲ ਪ੍ਰਾਈਜ਼ ਆਪਣਾ ਸਟਾਰਟ ਹੋਇਆ ਸੀਗਾ 1901 ਦੇ ਵਿੱਚ ਤੇ ਤੁਹਾਨੂੰ ਪਤਾ ਹੈ ਐਟ ਪ੍ਰੈਜ਼ੈਂਟ ਆਪਾਂ 6 ਫੀਲਡ ਦੇ ਵਿੱਚ ਨੋਬਲ ਪ੍ਰਾਈਜ਼ ਦਿੰਨੇ ਆ ਉਹਨਾਂ ਦੇ ਵਿੱਚੋਂ ਪੰਜ ਜਿਹੜੇ ਫੀਲਡ ਸੀਗੇ ਉਹ 1901 ਦੇ ਵਿੱਚ ਸਟਾਰਟ ਹੋਇਆ ਸੀ ਕੱਲਾ ਜਿਹੜਾ ਇਕਨੋਮਿਕਸ ਫੀਲਡ ਸੀਗਾ ਇਹ 1967 ਦੇ ਵਿੱਚ ਸਟਾਰਟ ਹੋਇਆ ਸੀਗਾ ਬਿਲਕੁਲ ਓਕੇ ਤਾਂ ਇੰਨੀ ਗੱਲ ਯਾਰ ਨੋਬਲ ਪ੍ਰਾਈਜ਼ ਬਹੁਤ ਹੀ ਫੇਮਸ ਪ੍ਰਾਈਜ਼ ਹੈਗਾ ਮੈਂ ਤੁਹਾਨੂੰ ਪ੍ਰੀਵੀਅਸ ਸੈੱਟ ਵਿੱਚ ਦੱਸਿਆ ਸੀਗਾ ਵੀ ਨੋਬਲ ਪ੍ਰਾਈਜ਼ ਕਿਸ ਸਾਇੰਟਿਸਟ ਦੀ ਯਾਦ ਦੇ ਵਿੱਚ ਦਿੱਤਾ ਜਾਂਦਾ ਹੈ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਤੇ ਉਸ ਪਰਸਨ ਨੇ ਕੀ ਇਨਵੈਂਟ ਕੀਤਾ ਸੀਗਾ ਠੀਕ ਹੈ ਵੀ ਇਹ ਜਿਹੜਾ ਆਪਾਂ ਨੋਬਲ ਪ੍ਰਾਈਜ਼ ਦਿੰਨੇ ਆ ਕਿਸ ਸਾਇੰਟਿਸਟ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ ਤੇ ਉਸ ਸਾਇੰਟਿਸਟ ਨੇ ਕੀ ਕੀ ਆਪਣਾ ਡਵੈਲਪ ਕੀਤਾ ਸੀਗਾ ਕੀ ਇੰਟਰੋਡਿਊਸ ਕੀਤਾ ਸੀਗਾ ਉਹ ਆਪਣਾ ਕਮੈਂਟ ਸੈਕਸ਼ਨ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਓਕੇ ਨੈਕਸਟ ਹਾਂਜੀ the first national youth policy was formulated and laid in parliament in india is ਸਭ ਤੋਂ ਪਹਿਲੀ ਆਪਣੀ ਨੈਸ਼ਨਲ ਯੂਥ ਪਾਲਿਸੀ ਜਿਹੜੀ ਇੰਡੀਆ ਵਿੱਚ ਪਾਰਲੀਮੈਂਟ ਚ ਆਪਣੀ ਪਾਸ ਕੀਤੀ ਗਈ ਸੀ ਉਹ 1988 ਦੇ ਵਿੱਚ ਪਾਸ ਕੀਤੀ ਗਈ ਸੀ ਤਾਂ ਸੀ অপਸ਼ਨ 1988 ਦੇ ਵਿੱਚ ਤੁਸੀਂ ਟਿਕ ਲਾ ਦੋਗੇ ਤਾਂ ਸੀ অপਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਨੈਕਸਟ ਹਾਂਜੀ 사운ਡ ਟਰੈਵਲਸ ਫਾਸਟੈਸਟ ਇਨ ਦਾ ਸਾਊਂਡ ਜਿਹੜਾ ਸਿਗਨਲ ਹੈਗਾ ਬੇਸਿਕਲੀ ਤਾਂ ਉਹ ਕਿਸ ਦੇ ਵਿੱਚ ਫਾਸਟੈਸਟ ਟਰੈਵਲ ਕਰਦਾ ਯੂ نو ਵੈਰੀ ਵੈਲ ਜਿਹੜਾ ਸਾਊਂਡ ਸਿਗਨਲ ਹੈਗਾ ਉਹਨੂੰ ਟਰੈਵਲ ਕਰਨ ਦੇ ਲਈ ਕੋਈ ਮੀਡੀਅਮ ਦੀ ਲੋੜ ਹੁੰਦੀ ਹੈ ਹਨਾ ਕੋਈ ਵੀ ਮੀਡੀਅਮ ਦੀ ਲੋੜ ਹੁੰਦੀ ਹੈ ਵਿਦਆਊਟ ਮੀਡੀਅਮ ਜਿਹੜਾ ਆਪਣੀ ਸਾਊਂਡ ਵੇਵ ਹੈ ਉਹ ਟਰੈਵਲ ਨਹੀਂ ਕਰ ਸਕਦੀ ਹੈਗੀ ਓਕੇ ਤਾਂ ਸਾਊਂਡ ਵੇਵ ਜਿਹੜੀ ਸਭ ਤੋਂ ਜ਼ਿਆਦਾ ਟਰੈਵਲ ਕਰਦੀ ਹੈ ਫਾਸਟ ਉਹ ਸੋਲਿਡ ਦੇ ਵਿੱਚ ਫਾਸਟ ਟਰੈਵਲ ਕਰਦੀ ਹੈ ਤਾਂ ਇਹਨਾਂ ਵਿੱਚੋਂ ਦੇਖ ਲਓ ਸੋਲਿਡ ਕਿਹੜਾ ਹੈਗਾ ਤਾਂ ਇਹਨਾਂ 'ਚ ਸੋਲਿਡ ਹੈਗਾ ਸਟੀਲ ਤਾਂ ਓਬਵੀਅਸ ਗੱਲ ਹੈ Air ਤਾਂ ਗੈਸਿਸ ਹੋ ਗਿਆ Water ਆਪਣਾ liquid ਹੋ ਗਿਆ vacuum ਤਾਂ ਖਾਲੀ ਜਗ੍ਹਾ ਤਾਂ ਉਰ ਤਾਂ travel ਹੀ ਨਹੀਂ ਕਰੇਗੀ ਕਈ ਵਾਰ ਇਹ ਵੀ ਕੁਐਸਚਨ ਆਂਦਾ ਹੁੰਦਾ ਹੈ ਵੀ ਆਪਣੀ 사ウンド vacuum ਦੇ ਵਿੱਚ travel ਕਰਦੀ ਹੈ ਕਿ ਨਹੀਂ ਕਰਦੀ vacuum ਤਾਂ ਬਿਲਕੁਲ ਖਾਲੀ ਜਗ੍ਹਾ ਹੁੰਦੀ ਹੈ ਇਸ ਦੇ ਵਿੱਚ 사ウンド travel ਨਹੀਂ ਕਰੇਗੀ ਓਕੇ ਤਾਂ ਸਭ ਤੋਂ ਫਾਸਟੈਸਟ ਆਪਣੀ ਸੋਲਿਡ ਦੇ ਵਿੱਚ ਕਰਦੇ ਆ ਤਾਂ ਸੋਲਿਡ ਕੀ ਇਸ ਦੇ ਵਿੱਚ ਆਪਣਾ ਸਟੀਲ ਹੈਗਾ ਤਾਂ A ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਤਾਂ ਬਹੁਤ ਹੀ ਅੱਛੀ ਕਲੈਕਸ਼ਨ ਹੈਗੀ ਆ ਸਾਰੀ ਬੇਟਾ ਜਾ ਆਪਣੇ ਨੋਟਸ ਬਹੁਤ ਅੱਛੇ ਤਰੀਕੇ ਨਾਲ ਬਣਾਓ ਤੇ ਬਸ ਵਾਰ-ਵਾਰ ਰਿਵੀਜ਼ਨ ਕਰਦੇ ਰਹੋ ਸੇਮ ਨੰਬਰ ਆਫ ਕੁਐਸਚਨਸ ਦੀ ਠੀਕ ਹੈ ਨਾ ਆਪਣੀ ਨੋਟਬੁੱਕ ਤੇ ਲਿਖੋ ਤੇ ਉਹਨਾਂ ਨੂੰ ਰਿਵਾਈਜ਼ ਕਰਦੇ ਜਾਓ ਹਰ ਇੱਕ ਗੱਲ ਨੂੰ ਵਾਰ-ਵਾਰ ਰਿਵਾਈਜ਼ ਕਰਦੇ ਜਾਓ ਆਪਣੇ ਮਾਈਂਡ ਦੇ ਵਿੱਚ ਇੱਕ ਇਮੇਜ ਕ੍ਰੀਏਟ ਕਰ ਦੋ ਬਸ ਉਸ ਦੀ ਠੀਕ ਹੈ ਤੇ ਤਾਂ ਜੋ ਤੁਸੀਂ ਇੱਕ ਆਪਣੇ ਹੋਮ ਆਪਣੇ ਘਰਦਿਆਂ ਦਾ ਤੇ ਆਪਣੇ ਡ੍ਰੀਮਸ ਪੂਰੇ ਕਰ ਸਕੋ ਤੇ ਇੰਨਾ ਇਸ ਲੈਵਲ ਤੇ ਸਟੱਡੀ ਕਰਿਆ ਕਰੋ ਆਪਣੀ ਓਕੇ ਟੈਕਸਟ ਹਾਂਜੀ ਬਹੁਤ ਹੀ ਫੇਮਸ ਬੁੱਕ ਸ਼ਾਹਨਾਮਾ ਵਾਸ ਰਿਟਨ ਬਾਈ ਤਾਂ ਸ਼ਾਹਨਾਮਾ ਬੁੱਕ ਬਹੁਤ ਹੀ ਫੇਮਸ ਬੁੱਕ ਰਹੀ ਹੈ ਤਾਂ ਇਹ ਜਿਹੜੀ ਸ਼ਾਹਨਾਮਾ ਬੁੱਕ ਲਿਖੀ ਗਈ ਸੀ ਇਹ ਫਿਰਦौसी ਨੇ ਲਿਖੀ ਗਈ ਸੀ ਤਾਂ ਫਿਰਦौसी ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਫਿਰਦौसी ਨਾਮ ਦਾ ਬਹੁਤ ਹੀ ਫੇਮਸ ਕੋਟ ਪੋਇਟ ਸੀਗਾ ਫਿਰਦौसी ਕਿਸ ਦਾ ਕੋਟ ਪੋਇਟ ਸੀਗਾ ਮਹਿਮੂਦ ਗੱਜਨੀ ਦਾ ਤਾ महमूद गजनवी ਦਾ ਕੋਟ ਪੁਆਇੰਟ ਸੀਗਾ ਆਪਣਾ ਕਿਹੜਾ ਕੋਟ ਪੁਆਇੰਟ ਸੀਗਾ ਆਪਣਾ ਫਿਰਦौसी ਕੋਟ ਪੁਆਇੰਟ ਸੀਗਾ ਬਹੁਤ ਵਾਰੀ ਐਗਜ਼ਾਮ ਚ ਕੁਸ਼ਨ ਆ ਚੁੱਕਿਆ ਵੀ ਆਪਣਾ ਫੇਮਸ ਕੋਟ ਪੁਆਇੰਟ ਕਿਹੜਾ ਸੀਗਾ ਆਪਣਾ ਇਸ ਦੇ महमूद गजनवी ਦੇ ਸਮੇਂ ਦੇ ਵਿੱਚ ਤਾਂ ਉਹ ਫਿਰਦौसी ਸੀਗਾ ਜਾਂ ਫਿਰਦौसी ਨੇ ਕਿਹੜੀ ਫੇਮਸ ਬੁੱਕ ਲਿਖੀ ਹੈ ਸ਼ਾਹਨਾਮਾ ਨਾ ਦੀ ਬੁੱਕ ਲਿਖੀ ਹੈ ਫਿਰਦौसी ਨੇ ਓਕੇ ਨੈਕਸਟ ਕੁਸ਼ਨ ਹਾਂਜੀ ਨੈਕਸਟ ਕੁਐਸਚਨ ਆਏਗਾ ਦੀ ਯੂਨੀਅਨ ਐਗਜ਼ੀਕਿਊਟਿਵ ਆਫ ਦੀ ਗਵਰਨਮੈਂਟ ਆਫ ਇੰਡੀਆ ਕੰਸਿਸਟ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਯੂਨੀਅਨ ਐਗਜ਼ੀਕਿਊਟਿਵ ਆ ਉਹਦੇ ਵਿੱਚ ਕੌਣ ਕੌਣ ਹੁੰਦਾ ਉਹਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੁੰਦਾ ਹੈ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਕੌਂਸਲ ਆਫ ਮਿਨਿਸਟਰਜ਼ ਹੁੰਦੇ ਨੇ ਜਿੰਨਾਂ ਦਾ ਹੈੱਡ ਕੀ ਹੁੰਦਾ ਪ੍ਰਾਈਮ ਮਿਨਿਸਟਰ ਤੇ ਐਡਵਾਈਸ ਕਿਹਨੂੰ ਕਰਨਗੇ ਪ੍ਰੈਜ਼ੀਡੈਂਟ ਨੂੰ ਤਾਂ ਆ ਗੱਲ ਕਰਤੇ ਆਂ ਜਿਵੇਂ ਯੂਨੀਅਨ ਐਗਜ਼ੀਕਿਊਟਿਵ ਕਿਹਨੂੰ ਮਿਲ ਕੇ ਬੰਦਾ ਹੁੰਦਾ ਹੈ ਪ੍ਰੈਜ਼ੀਡੈਂਟ ਨੂੰ ਵਾਈਸ ਪ੍ਰੈਜ਼ੀਡੈਂਟ ਨੂੰ ਤੇ ਕੌਂਸਲ ਆਫ ਮਿਨਿਸਟਰਸ ਹੈਡ ਕਿਹੜਾ ਹੁੰਦਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਐਂਡ ਐਡਵਾਈਸ ਟੂ ਪ੍ਰੈਜ਼ੀਡੈਂਟ ਤਾਂ ਹੋ ਜਾ ਬੀ ਆਫ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਐਂਡ ਦੀ ਕੌਂਸਲ ਆਫ ਮਿਨਿਸਟਰ ਵਿਦ ਦਾ ਪ੍ਰਾਈਮ ਮਿਨਿਸਟਰ ਐਸ ਦੀ ਹੈਡ ਟੂ ਐਡ ਐਂਡ ਐਡਵਾਈਸ ਦੀ ਪ੍ਰੈਜ਼ੀਡੈਂਟ ਦਾ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਯੂਨੀਅਨ ਐਗਜ਼ੀਕਿਟਿਵ ਆਪਣਾ ਇਨਾ ਪਰਸਨ ਨੂੰ ਮਿਲ ਕੇ ਬੰਦਾ ਹੁੰਦਾ ਓਕੇ ਨੈਕਸਟ ਹਾਂਜੀ ਦੀ ਪ੍ਰੋਵੀਜ਼ਨ ਆਫ ਗ੍ਰਾਮ ਸਭਾ ਹੈਜ਼ ਬੀਨ ਮੇਡ ਇਨ ਦੀ ਕਨਸਟੀਟਿਊਸ਼ਨ ਆਫ ਇੰਡੀਆ ਇਨ ਦੀ ਤਾਂ ਬਹੁਤ ਹੀ ਫੇਮਸ ਗ੍ਰਾਮ ਸਭਾ ਦੀ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਵਿਲੇਜਿਸ ਦੇ ਵਿੱਚ ਗਲਾਬ ਆਪਣੀ ਗ੍ਰਾਮ ਸਭਾ ਹੁੰਦੀ ਹੈ ਜੇ ਵਿਲੇਜਿਸ ਦੀ ਗੱਲ ਕਰੀਏ ਤਾਂ ਪੰਚਾਇਤਾ ਯਾਦ ਆਣਗੇ ਆਪਾਂ ਨੂੰ ਹਨਾ ਤਾਂ ਗ੍ਰਾਮ ਪੰਚਾਇਤ ਯਾਦ ਆਣਗੇ ਗ੍ਰਾਮ ਸਭਾ ਦੀ ਗੱਲ ਯਾਦ ਆਊਗੀ ਤਾਂ ਇਹ ਤੁਹਾਨੂੰ ਪੰਚਾਇਤਾ ਯਾਦ ਆ ਰਹੀਆਂ ਨੇ ਤਾਂ ਪੰਚਾਇਤਾ ਦਾ ਤੁਹਾਨੂੰ ਇਹ ਵੀ ਪਤਾ ਹੋਊਗਾ ਵੀ ਕਿਹੜੇ ਪਾਰਟ ਦੇ ਵਿੱਚ ਸੰਵਿਧਾਨ ਦੇ ਕਿਸ ਪਾਰਟ ਦੇ ਵਿੱਚ ਪੰਚਾਇਤਾਂ ਨੂੰ ਡਿਫਾਈਨ ਕੀਤਾ ਹੋਇਆ 9th ਪਾਰਟ ਦੇ ਵਿੱਚ ਹਨ ਤਾਂ ਨੌਵੇਂ ਪਾਰਟ ਦੇ ਵਿੱਚ ਪੰਚਾਇਤਾਂ ਨੂੰ ਡਿਫਾਈਨ ਕੀਤਾ ਹੋਇਆ ਤਾਂ ਓਬਵੀਅਸ ਗੱਲ ਹੈ ಗ್ರಾಮ ਸਭਾ ਨੂੰ ਵੀ ਡਿਫਾਈਨ ਕਿਸ ਦੇ ਵਿੱਚ ਕੀਤਾ ਗਿਆ ਹੋਗਾ 9th ਪਾਰਟ ਦੇ ਵਿੱਚ ਡਿਫਾਈਨ ਕੀਤਾ ਹੋਗਾ ਤਾਂ ਪਾਈਟ ਪਾਰਟ 9 ਏ অপਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਤੁਹਾਨੂੰ ਪਤਾ ਜਿਹੜਾ ਆਪਣਾ ਪੰਚਾਇਤਸ ਨੇ ਐਡ ਕੀਤਾ ਗਿਆ ਸੀ 73rd ਐਮੈਂਡਮੈਂਟ 1992 ਜਿਹੜੀ 73ਵੀਂ ਐਮੈਂਡਮੈਂਟ 1992 ਦੇ ਤਹਿਤ ਪੰਚਾਇਤਾਂ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤੀਆਂ ਗਈਆਂ ਸੀਗੀਆਂ ਓਕੇ ਨੈਕਸਟ ਹਾਂਜੀ ਵਿਚ ਆਫ ਦੀ ਫੋਲੋਇੰਗ ਸਿਟੀਜ਼ ਇਜ਼ ਨੋਟ ਵਨ ਆਫ ਦੀ ਰਿਕਾਰਡ ਸੈਂਟਰ ਆਫ ਦੀ ਨੈਸ਼ਨਲ ਅਚੀਵਜ਼ ਆਫ ਇੰਡੀਆ ਨੈਸ਼ਨਲ ਆਰਚੀਵਜ਼ ਆਫ ਇੰਡੀਆ ਦੇ ਕੁਝ ਰਿਕਾਰਡ ਸੈਂਟਰ ਨੇ ਤਿੰਨ ਤਾਂ ਉਹ ਤਿੰਨ ਰਿਕਾਰਡ ਸੈਂਟਰ ਆਪਣੇ ਜੈਪੁਰ ਪੌਂਡੇਚਰੀ ਤੇ ਭਵਨੇਸ਼ਵਰ ਦੇ ਵਿੱਚ ਨੇ ਤਾਂ ਤਿੰਨ ਰਿਕਾਰਡ ਸੈਂਟਰ ਨੇ ਪੌਂਡੇਚਰੀ ਜੈਪੁਰ ਤੇ ਭਵਨੇਸ਼ਵਰ ਦੇ ਵਿੱਚ ਹੈਗੇ ਨੇ ਮੁੰਬਈ ਦੇ ਵਿੱਚ ਨਹੀਂ ਹੈਗਾ ਤਾਂ ਇਹ অপਸ਼ਨ ਮੁੰਬਈ ਦੇ ਉੱਤੇ ਤੁਸੀਂ ਟਿਕ ਲਾਉਂਗੇ ਉਸਨੇ ਪੁੱਛਿਆ ਵੀ ਕਿਸ ਦੇ ਵਿੱਚ ਨੈਸ਼ਨਲ ਆਰਚੀਵਜ਼ ਆਫ ਇੰਡੀਆ ਦਾ ਰਿਕਾਰਡ ਸੈਂਟਰ ਨਹੀਂ ਹੈਗਾ ਦਾ ਮੁੰਬਈ ਦੇ ਵਿੱਚ ਰਿਕਾਰਡ ਸੈਂਟਰ ਨਹੀਂ ਹੈਗਾ ਤੇ ਇਹ ਨੈਸ਼ਨਲ ਅਚੀਵਜ਼ ਆਫ ਇੰਡੀਆ ਦੀ ਗੱਲ ਕਰੀਏ ਕਿਸ ਮਿਨਿਸਟਰੀ ਦੇ ਅੰਡਰ ਆਉਂਦਾ ਹੈ ਅੰਡਰ ਮਿਨਿਸਟਰੀ ਆਫ ਕਲਚਰ ਦੇ ਅੰਡਰ ਆਉਂਦਾ ਹੈਗਾ ਤਾਂ ਜੇਕਰ ਤੁਸੀਂ ਮੈਨੂੰ ਧਿਆਨ ਦੇ ਨਾਲ ਸੁਣ ਰਹੇ ਹੋ ਤਾਂ ਪਲੀਜ਼ ਇਸ ਗੱਲ ਦਾ ਆਨਸਰ ਕਰੋ ਵੀ ਜਿਹੜੀ ਮਿਨਿਸਟਰੀ ਆਫ ਕਲਚਰ ਹੈਗਾ ਇਸ ਦਾ ਐਟ ਪ੍ਰੈਸੈਂਟ ਯੂਨੀਅਨ ਮਿਨਿਸਟਰ ਕਿਹੜਾ ਹੈਗਾ ਆਪਣਾ ਮਿਨਿਸਟਰੀ ਆਫ ਕਲਚਰ ਦਾ ਯੂਨੀਅਨ ਮਿਨਿਸਟਰ ਕਿਹੜਾ ਹੈਗਾ ਓਕੇ ਤਾਂ ਇਹਦਾ ਆਨਸਰ ਮੈਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਨੈਕਸਟ ਹਾਂਜੀ ਤਾਇਮੂਰ ਇਨਵੇডেਡ ਇੰਡੀਆ ਇਨ ਤਾਇਮੂਰ ਦਾ ਤੁਸੀਂ ਬੜਾ ਫੇਮਸ ਅਟੈਕਸ ਸੁਣੇ ਹੋਣਗੇ ਤਾਇਮੂਰਜ਼ ਨੇ ਇੰਡੀਆ ਉੱਤੇ ਅਟੈਕ ਕਿਤੇ ਸੀਗੇ ਉਹ 1398 ਵਿੱਚ ਕਿਤੇ ਸੀਗੇ ਤਾਂ ਏ ਆਪਸ਼ਨ 1398 ਦੇ ਉੱਤੇ ਤੁਸੀਂ ਟਿਕ ਲਾਉਂਗੇ ਨੈਕਸਟ ਹਾਂਜੀ ਤਾਂ ਵਿਚ ਆਫ ਦੀ ਫਾਲਿੰਗ ਪੈਨਿਨਸੂਲਰ ਰੀਵਰ ਇਜ਼ ਅ ਵੈਸਟ ਵੈਸਟ ਫਲੋਇੰਗ ਰੀਵਰ ਤਾ ਵੈਸਟ ਫਲੋਇੰਗ ਰੀਵਰ ਤੁਹਾਨੂੰ ਪਤਾ ਬਹੁਤ ਹੀ ਫੇਮਸ ਆਪਣੀ ਇੰਡੀਆ ਵਿੱਚ ਜਿਹੜਾ ਵੈਸਟ ਫਲੋਇੰਗ ਮਤਲਬ ਜਿਹੜੀਆਂ ਆਪਣੀਆਂ ਅਰੇਬੀਅਨ ਸੀ ਦੇ ਵਿੱਚ ਫਾਲ ਕਰਦੀਆਂ ਨੇ ਉਹਨਾਂ ਨੂੰ ਵੈਸਟ ਫਲੋਇੰਗ ਰੀਵਰਸ ਕਹਿੰਦੇ ਆ ਉਹਨਾਂ ਦੇ ਵਿੱਚ ਬਹੁਤ ਹੀ ਫੇਮਸ ਆਪਣੀ ਨਰਮਦਾ ਸੀਗੀ ਨਰਮਦਾ অপਸ਼ਨ ਚ ਹੈ ਨੀਗਾ ਤਾਂ ਨਰਮਦਾ ਤਾਂ ਤਾਪਤੀ ਵੀ ਬਹੁਤ ਹੀ ਫੇਮਸ ਆਪਣੀ ਕੀ ਹੈ ਵੈਸਟ ਫਲੋਇੰਗ ਰੀਵਰ ਹੈਗੀ ਹੈ ਤਾਂ ਸੀ ਆਪਸ਼ਨ ਤਾਪਤੀ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਤਾਂ ਤੁਹਾਡੀ ਰਿਵੀਜ਼ਨ ਜੇਕਰ ਤੁਸੀਂ ਨੇ ਬਹੁਤ ਅੱਛੇ ਤਰੀਕੇ ਨਾਲ ਸਟੱਡੀ ਕੀਤੀ ਹੋਈ ਹੈ ਤਾਂ ਤੁਹਾਨੂੰ ਇਹ ਗਲੇ ਕੁਸ਼ਚਨ ਨਹੀਂ ਲੱਗਣਗੇ ਵੀ ਇਸ ਤਰੀਕੇ ਦੇ ਕੁਸ਼ਚਨ ਆਉਂਦੇ ਨੇ ਤਾਂ ਤੁਹਾਡਾ ਕੰਫੀਡੈਂਸ ਲੈਵਲ ਇੰਨਾ ਜ਼ਿਆਦਾ ਅੱਪ ਹੋਊਗਾ ਵੀ ਇਹ ਤਾਂ ਬਹੁਤ ਜ਼ਿਆਦਾ ਆਸਾਨ ਹੈਗਾ ਬੜੇ ਤੁਹਾਡੀ ਸਟੱਡੀ ਅੱਛੀ ਤਰੀਕੇ ਨਾਲ ਕੀਤੀ ਹੋਊਗੀ ਹਨਾ ਤਾਂ ਮੇਰੇ ਰੈਗੂਲਰ ਕੋਰਸਿਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੈਗੇ ਹੋ ਠੀਕ ਹੈ ਤਾਂ ਰੈਗੂਲਰ ਕੋਰਸਿਸ ਛੇਤੀ ਹੀ ਸਟਾਰਟ ਹੋਣਗੇ ਕਿਉਂਕਿ ਇਨਫੋਰਮੇਸ਼ਨ ਸੋਰਸਸ ਦੇ ਅਕੋਰਡਿੰਗ ਇੰਸਟੀਚਿਊਟ ਵਗੈਰਾ ਜਲਦੀ ਹੀ ਓਪਨ ਹੋਣ ਦੀ ਤਦਾਰਤ ਹੈਗੇ ਨੇ ਹੋ ਸਕਦਾ ਜੁਲਾਈ ਦੇ ਵਿੱਚ ਜਾਂ ਅਗਸਤ ਦੇ ਵਿੱਚ ਓਪਨ ਹੋ ਸਕਣਗੇ ਤਾਂ ਤੁਸੀਂ ਆਪਣੇ ਰੈਗੂਲਰ ਕਲਾਸਿਸ ਦੇ ਵਿੱਚ ਆ ਕੇ ਪੂਰੇ ਸਟੱਡੀ ਨੂੰ ਇੰਜੋਏ ਕਰ ਸਕਦੇ ਹੋ ओके नेक्स्ट टेलीविजन वाज इन्वेंटेड बाय ता जेरा टेलीविजन है बेसिकली बहुत ही फेमस अमेरिकन सीरीज चलाई हुई सी की इन्वेंशंस एंड डिस्कवरी ਤੁਸੀਂ ਜਾ ਕੇ ਚੈਨਲ ਦੀ ਪਲੇਲਿਸਟ ਵੀ ਜਾ ਕੇ ਦੇਖ ਸਕਦੇ ਹੋ ਸਟੈਟਿਕ ਜਰਨਲ ਨੋਲੇਜ ਦੇ ਵਿੱਚ ਸਟੈਟਿਕ ਜਰਨਲ ਨੋਲੇਜ ਬਾਈ ਜਤਿੰਦਰ ਸਰ ਜੋ ਤੁਸੀਂ ਵੈਸੇ ਵੀ ਤੁਸੀਂ ਦੇਖੋਗੇ ਵੀਡੀਓਜ਼ ਦੇ ਤੁਹਾਨੂੰ ਮਿਲ ਜੂਗੀ ਕਿਤੇ ਨਾ ਕਿਤੇ ਤਾਂ ਤਾਂ ਟੈਲੀਵਿਜ਼ਨ ਬਹੁਤ ਹੀ ਫੇਮਸ ਮੈਂ ਕਵਰ ਕੀਤੇ ਹੋਏ ਨੇ ਸਾਰੇ ਇੰਪੋਰਟੈਂਟ ਡਿਸਕਵਰੀਜ਼ ਦਾ ਟੈਲੀਵਿਜ਼ਨ ਜਿਹੜਾ ਡਿਸਕਵਰ ਕੀਤਾ ਸੀਗਾ ਉਹ ਆਪਣਾ ਜੇ ਐਲ ਬਾਇਰਡ ਨੇ ਕੀਤਾ ਸੀਗਾ ਤਾਂ ਜੇ ਐਲ ਬਾਇਰਡ ਨੇ ਤਾਂ ਬੀ ਆਪਸ਼ਨ ਜੇ ਐਲ ਬਾਇਰਡ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਨੈਕਸਟ ਹਾਂਜੀ ਵੈਨ ਆਈਸ ਮੈਲਟਸ ਇਨ A BICCER ਆਫ ਵਾਟਰ ਦੀ ਲੈਵਲ ਆਫ ਵਾਟਰ ਇਨ ਦੀ BICCER ਵਿਲ ਤਮਨ ਕੇ ਚਲੋ ਇਹ ਤਾਂ ਬਿਕਰ ਦੇ ਵਿੱਚ ਪਾਣੀ ਹੈਗਾ ਉਰੇ ਤੱਕ ਆਪਾਂ ਨੇ ਭਰਿਆ ਹੋਇਆ ਹੈਗਾ ਠੀਕ ਹੈ ਤਾਂ ਉਸ ਤੋਂ ਬਾਅਦ ਆਪਾਂ ਨੇ ਇੱਕ ਆਈਸ ਆਈਸ ਪਾਤੀ ਠੀਕ ਹੈ ਤਾਂ ਓਬਵੀਅਸ ਗੱਲ ਹੈ ਆਈਸ ਦਾ ਕੁਝ ਲੈਵਲ ਹੋ ਜਾਏਗਾ ਕੁਝ ਵੀ ਲਾ ਲੋ ਪਾਣੀ ਦਾ ਵੋਲਿਊਮ ਉਰੇ ਤੱਕ ਹੋ ਗਿਆ ਉਸ ਤੋਂ ਬਾਅਦ ਆਈਸ ਮੈਲਟ ਕਰਨੀ ਸਟਾਰਟ ਕਰਦੇ ਤਾਂ ਕਹਿੰਦਾ ਕੀ ਇਫੈਕਟ ਪਏਗਾ ਵੋਲਿਊਮ ਦੇ ਉੱਤੇ ਮਤਲਬ ਪਾਣੀ ਦੇ ਉੱਪਰ ਕੀ ਇਫੈਕਟ ਪਏਗਾ ਤਾ ਬਿਕਰਵਿਲ ਰਿਮੇਨਸ ਦੀ ਸੇਮ ਤਾਂ ਜਿਹੜੀ ਹਾਈਟ ਰਹੋਗੀ ਵਾਟਰ ਦੇ ਬਿਲਕੁਲ ਰਿਮੇਨ ਦੀ ਸੇਮ ਰਹੂਗੀ ਕਿਉਂਕਿ ਜਦੋਂ ਆਪਾਂ ਬਰਫ਼ ਪਾਈ ਸੀ ਉਹਨੇ ਪਹਿਲਾਂ ਹੀ ਵਾਟਰ ਡਿਸਪਲੇਸ ਕਰਤਾ ਠੀਕ ਹੈ ਨਾ ਤਾਂ ਉਹਨਾਂ ਕਾ ਡਿਸਪਲੇਸ ਕਰਤਾ ਸੀਗਾ ਜਿੰਨਾ ਕੁ ਉਸ ਦਾ ਕੀ ਸੀਗਾ ਵੋਲਿਊਮ ਸੀਗਾ ਦੈਟਸ ਵਾਈ ਜੇ ਜਦੋਂ ਉਹ ਮੈਲਟ ਕਰੂਗੀ ਤਾਂ ਉਸ ਦੇ ਵਿੱਚ ਕੋਈ ਵੀ ਇਫੈਕਟ ਨਹੀਂ ਆਊਗਾ ਤਾਂ ਰਿਮੇਨਸ ਦੀ ਸੇਮ ਦੇ ਉੱਤੇ ਤੁਸੀਂ ਟਿਕ ਲਾਉਂਗੇ ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਤਾਂ ਅੱਜ ਦਾ ਸੈਸ਼ਨ ਕੰਪਲੀਟ ਹੋਇਆ ਹੋਪ ਕਰਦਾ ਹਾਂ ਵੀ ਤੁਹਾਨੂੰ ਇਹ ਵਾਲੇ ਸੈਸ਼ਨ ਬਹੁਤ ਅੱਛੇ ਲੱਗ ਰਹੇ ਹੋਣਗੇ ਤਾਂ ਪਲੀਜ਼ ਜਿਆਦਾ ਤੋਂ ਜਿਆਦਾ ਵੀਡੀਓਜ਼ ਨੂੰ ਸ਼ੇਅਰ ਆਪਣੇ ਫਰੈਂਡਸ ਦੇ ਜ਼ਰੂਰ ਕਰ ਦਿਆ ਕਰੋ ਵੀ ਤਾਂ ਜੋ ਉਹ ਇੱਕ ਅੱਛੀ ਵੀਡੀਓਜ਼ ਦੇਖ ਕੇ ਉਹ ਆਪਣੇ ਐਗਜ਼ਾਮ ਦੇ ਸਕਣ ਤੇ ਉਹਨਾਂ ਨੂੰ ਵੀ ਗਵਰਨਮੈਂਟ ਜੌਬ ਮਿਲ ਸਕੇ ਥੈਂਕ ਯੂ एवरीवन ਫਾਰ ਵਾਚਿੰਗ ਮਾਈ ਕੰਪਲੀਟ ਵੀਡੀਓ